ਹਰਿਮੰਦਰ ਸਾਹਿਬ ਤੇ ਅਟੈਕ ਕਰਨ ਵਾਲਾ ਜਨਰਲ ਕੁਲਦੀਪ ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲਿਊ ਸਟਾਰ ਦੇ ਵਿੱਚ ਲਿਖਦਾ, ਕਹਿੰਦਾ ਜਿਸ ਵਕਤ ਆਪਰੇਸ਼ਨ ਬਲਿਊ ਸਟਾਰ ਖਤਮ ਹੋ ਗਿਆ, ਅਸੀਂ ਸਾਰੇ ਅੰਦਰ ਜਿੰਨੇ ਵੀ ਸਿੰਘ ਲੜਦੇ ਪਏ ਸਾਰੇ ਮਾਰ ਦਿੱਤੇ। ਸੰਤ ਜਰਨੈਲ ਸਿੰਘ ਨੂੰ ਕਹਿੰਦਾ ਮਾਰ ਦਿੱਤਾ, ਜਨਰਲ ਸੁਬੇਗ ਸਿੰਘ ਨੂੰ ਮਾਰਤਾ ਜਦੋਂ ਲੜਾਈ ਖਤਮ ਹੋ ਗਈ। ਕਹਿੰਦੇ ਕੀ ਦੇਖਿਆ ਵੀ ਜਨਰਲ ਸੁਬੇਗ ਸਿੰਘ ਦੀ ਡੈੱਡ ਬਾਡੀ ਦੇ ਹੱਥ ਵਿੱਚ, ਮ੍ਰਿਤਕ ਸਰੀਰ ਦੇ ਹੱਥ ਵਿੱਚ ਸਟੇਨ ਗਨ ਜਿਹੜੀ ਇੰਨੀ ਘੁੱਟ ਕੇ ਫੜੀ ਹੋਈ ਸੀ ਵੀ ਸਾਨੂੰ ਬੜੀ ਮੁਸ਼ਕਲ ਦੇ ਨਾਲ ਉਹਦੇ ਹੱਥਾਂ ਦੇ ਵਿੱਚੋਂ ਸਟੇਨ ਗਨ ਛਡਾਉਣੀ ਪਈ। ਉਹ ਆਪ ਕਹਿੰਦਾ ਵੀ ਜਨਰਲ ਸੁਬੇਗ ਸਿੰਘ ਇੰਨਾ ਜ਼ਿਆਦਾ ਦਲੇਰ ਅਤੇ ਇੰਨਾ ਜ਼ਿਆਦਾ ਬਹਾਦਰ ਸੀ, ਉਹਦੇ ਮ੍ਰਿਤਕ ਸਰੀਰ ਦੇ ਹੱਥਾਂ ਦੇ ਵਿੱਚ ਵੀ ਜਿਹੜੀ ਸਟੇਨ ਗਨ ਇੰਨੀ ਘੁੱਟ ਕੇ ਫੜੀ ਹੋਈ ਸੀ। ਇਹ ਮਰਜੀਵੜਿਆਂ ਦਾ ਇਤਿਹਾਸ ਆ ਜਿਨ੍ਹਾਂ ਦੇ ਉੱਤੇ ਸਦੀਆਂ ਤੱਕ ਸਾਨੂੰ ਮਾਣ ਰਹੇਗਾ, ਜਿਨ੍ਹਾਂ ਨੇ ਸੋਨੇ ਰੰਗੀਆਂ ਪੈੜਾਂ ਪਾਈਆਂ ਨੇ, ਜਿਨ੍ਹਾਂ ਸੁਨਹਿਰੀ ਇਤਿਹਾਸ ਸਿਰਜਿਆ ਏ, ਇਹ ਸਦਾ ਇਤਿਹਾਸ।